ਮੈਨੂੰ ਵਾਹਵਾ ਦਿਹਾੜਿਆਂ ਤੋਂ ਪਿਕਨਿਕ ਬਹੁਤ ਜ਼ੋਰ ਦੀ ਆਈ ਹੋਈ ਸੀ ਤੇ ਅੱਜ ਮੈਂ ਸੋਚਿਆ ਜਾ ਕੇ ਪਿਕਨਿਕ ਕਰ ਹੀ ਆਵਾਂ। ਜ਼ਰੂਰਤ ਦੇ ਸਾਰੇ ਭਾਂਡੇ ਟਿੰਡੇ ਰੱਖ ਕੇ ਤੇ ਕਮਰਾ ਚਮਕਾ ਕੇ ਮੈਂ ਤੁਰ ਪਿਆ। ਦੋਸਤੋ ਪਕਾਨ ਦਾਲ ਚੱਲਾ ਤੇ 1700 ਸ਼ੈਵਾਂ ਨਾਲ ਲੈ ਕੇ ਚੱਲਾ। ਇਸਕੋ ਕਹਿੰਦੇ ਹੈ ਜ਼ਿੰਦਗੀ ਇੰਜੋਏ ਕਰਨਾ। ਮੈਨੂੰ ਬੜਾ ਮਜ਼ਾ ਆਉਂਦਾ ਇਕੱਲਿਆਂ ਫਿਰ ਕੇ। ਹੈਪੀ ਬਿਲਕੁਲ ਸਮੁੰਦਰ ਦੇ ਉੱਤੇ ਰਹਿੰਦਾ, ਇਸ ਕਰਕੇ ਇੱਥੇ ਟੰਪਲੇਰੀ ਘਰ ਬਣੇ ਹੁੰਦੇ ਨੇ। ਇਹ ਉੱਚੀਆਂ ਨੀਵੀਆਂ ਗਲੀਆਂ 'ਚ ਲੰਘਦਾ ਲਗਾਉਂਦਾ ਤੇ ਟਿੱਬਿਆਂ ਵਿੱਚ ਟੱਪਦਾ ਟਪਾਉਂਦਾ ਆਪਣੀ ਮੰਜ਼ਿਲ ਦੀ ਜਾਣੀ ਤੁਰ ਪਿਆ। ਇਹ ਬੰਨੀ ਹੋਈ ਕਿਸ਼ਤੀਆਂ ਦੇ ਰੱਸੇ ਟੱਪਣਾ ਕੁਛ ਟਾਪੂ ਖੇਲਣ ਤੋਂ ਘੱਟ ਨਹੀਂ, ਕਦੀ ਤਾਂ ਤੇ ਕਦੀ ਠਾਂ। ਮਜ਼ਾ ਆ ਰਿਹਾ ਜੀ ਗਾਈਸ, ਬਹੁਤ ਮਜ਼ਾ ਕੀ ਆਣ। ਭਾਂਡੇ ਚੁੱਕ ਚੁੱਕ ਮੱਤ ਵੱਜ ਗਈ ਹੈ ਤੇ ਲਾਈਕ ਸਬਸਕ੍ਰਾਈਬ ਉਨੇ ਹੀ ਹੋਣੇ ਆ, 15-20। ਸ਼ੇਰ ਅਰਜ਼ ਕਰਦਾ ਵਾਂ ਦੋ ਪੱਥਰ ਅਨਾਰਾਂ ਦੇ, ਮੀਂਹ ਦਾ ਮੌਸਮ ਹੈ, ਅਸੀਂ ਅੱਗੇ ਕੀ ਜਾਣਾ, ਅਸੀਂ ਇੱਥੇ ਹੀ ਪਕਾ ਲਾਂਗੇ। ਮੇਰੀ ਬੇਬੇ ਮੇਰੀ ਸਫਾਈ ਵੱਲ ਦੇਖ ਕੇ ਕਹਿੰਦੀ ਹੁੰਦੀ ਸੀ ਕੁੱਤਾ ਵੀ ਪੂੰਛ ਮਾਰ ਕੇ ਬਹਿੰਦਾ। ਮੈਂ ਆਪਣੇ ਅੱਗੇ ਪਿੱਛੇ ਵੇਖਿਆ, ਮੇਰੇ ਪੂੰਛ ਤੇ ਹੈ ਨਹੀਂ, ਫਿਰ ਮੈਂ ਕੱਪੜਾ ਹੀ ਮਾਰ ਲਿਆ। ਫਿਰ ਮੈਂ ਆਪਣੇ ਪੈਸਿਆਂ ਦੇ ਇਸ ਭਰੇ ਹੋਏ ਬਰੀਫ ਕੇਸ ਚੋਂ ਚੁੱਲ੍ਹਾ ਕੱਢਿਆ, ਤਾਨੇ ਮੇਨੇ ਦੇ ਕੇ ਚੁੱਲ੍ਹਾ ਮੈਂ ਜਲਾ ਲਿਆ। ਫਟੋ ਫਟ ਹਾਂਡੀ ਉੱਤੇ ਰੱਖ ਕੇ ਤੇ ਮੈਂ ਪੀਸਿਆ ਮਸਾਲਾ ਵੀ ਪਾ ਲਿਆ। ਇਸ ਪੁੜੀ ਦੇ ਵਿੱਚ 12 ਮਸਾਲੇ ਤੇ ਅਦਰਕ ਲਸਣ ਕੁੱਟਿਆ ਹੋਇਆ ਹੈ, ਅਸੀਂ ਇਹ ਵੀ ਵਿੱਚ ਪਾ ਲਿਆ। ਲਓ ਜੀ ਦਾਲ ਵਿੱਚ ਅਵਾਲਾ ਜਿਹਾ ਆ ਗਿਆ ਤੇ ਅਸੀਂ ਵਿੱਚ ਕੜਛਾ ਵੀ ਕਮਾ ਲਿਆ। ਓਏ ਸੁੱਚੀ ਗੰਦਮ ਖਾਣ ਵਾਲੇ ਉਹ ਪਾਕਿਸਤਾਨੀਓ, ਸਾਨੂੰ ਤੇ ਇੱਥੇ ਆਟਾ ਵੀ ਮਿਕਸ ਕਰਕੇ ਖਾਣਾ ਪੈਂਦਾ ਹੈ। ਮੈਨੂੰ ਦੁਨੀਆ ਦਾ ਸਭ ਤੋਂ ਔਖਾ ਕੰਮ ਆਟਾ ਗੁੰਨਣਾ ਤੇ ਰੋਟੀ ਬਣਾਉਣੀ ਲੱਗਦੀ ਹੈ। ਆਟਾ ਗੁੰਨ ਕੇ ਮੇਰੀ ਹੱਡੀਆਂ ਦਾ ਊਰ ਪੂਰ ਚੂਰ ਚੂਰ ਹੋ ਗਿਆ ਸੀ। ਚੱਲੀ ਚ ਹੂਟੇ ਲੈਂਦੇ ਲੈਂਦੇ ਮੇਰੇ ਨੱਕ ਨੇ ਮੇਰੇ ਦਿਮਾਗ ਨੂੰ ਸਿਗਨਲ ਪਹੁੰਚਿਆ ਕਿ ਲੱਗਦਾ ਦਾਲ ਲੱਗ ਗਈ ਹੈ। ਮੈਂ ਆਪਣੇ ਹਾਥੀ ਵਰਗੇ ਪਿੰਡੇ ਨੂੰ ਸਕਿੱਟਾਂ 'ਚ ਚੁੱਕਿਆ ਤੇ ਮਿੰਟਾਂ 'ਚ ਨਸਾਇਆ ਤੇ ਫਟਾਫਟ ਦਾਲ ਕੁਆਇਆ। ਪਾਣੀ ਪਾ ਕੇ ਫਟੋ ਫਟ ਮੈਂ ਕੜਛਾ ਚਲਾਇਆ। ਪੀਂਗ ਤੇ ਬਹਿ ਕੇ ਮੈਂ ਤੜਕੇ ਵਾਸਤੇ ਲਸਣ ਛੱਲਿਆ ਤੇ ਆਪਣੇ ਆਪ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ। ਇਸ ਦੌਰ ਦੇ ਵਿੱਚ ਤੁਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਖੈਰ ਖਵਾਓ। ਜਿਸ ਦਿਨ ਤੁਸੀਂ ਆਪਣੇ ਆਪ ਦੇ ਨਾਲ ਰਹਿਣਾ ਸਿੱਖ ਲਓਗੇ, ਤੁਸੀਂ ਇਹ ਦੁਨੀਆ ਜਿੱਤ ਲਓਗੇ। ਦਾਲ ਦਾ ਤੜਕਾ ਹੋ ਗਿਆ ਰੈਡੀ। ਅੱਜ ਹੈਪੀ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀਗਾ, ਮੈਂ ਇੰਨੇ ਦਿਨਾਂ ਬਾਅਦ ਆਪਣੇ ਹੱਥਾਂ ਦੀ ਦਾਲ ਰੋਟੀ ਖਾਣ ਲੱਗਾ ਸੀ। ਅਸੀਂ ਇੱਥੇ ਜੁਗਾੜ ਲਾਇਆ, ਲਸਣ ਵਾਲੀ ਕੌਲੀ 'ਚ ਦਾਲ ਨੂੰ ਪਾਇਆ, ਜਿਸ ਫਰਾਈ ਪੈਨ 'ਚ ਤੜਕਾ ਲਾਇਆ ਸੀ ਉਹਨੂੰ ਹੀ ਮੁੱਦਾ ਕਰਕੇ ਫਿਰ ਅਸੀਂ ਉਹਦੇ ਉੱਤੇ ਹੀ ਰੋਟੀਆਂ ਨੂੰ ਪਕਾਇਆ। ਇੰਨੀ ਚੁੰਨੀ ਮੁੰਨੀ ਤੇ ਪਿਆਰੀ ਜੀ ਸੋਹਣੀ ਜੀ ਰੋਟੀ ਵੇਖ ਮੇਰਾ ਦਿਲ ਕਰੇ ਮੈਂ ਆਪਣੇ ਹੱਥ ਚੁੰਮ ਲਵਾਂ। ਫਿਰ ਆਪਾਂ ਕੈਟੋ ਹਮਸਾਈ ਨੂੰ ਰੋਟੀ ਖਵਾਈ ਤੇ ਪਿੱਛੇ ਰੋਟੀ ਦਾ ਪ੍ਰੋਗਰਾਮ ਵੜ ਗਿਆ ਮੇਰੇ ਭਾਈ। ਦੋਸਤੋ ਇੱਦਾਂ ਦੀ ਪਿਕਨਿਕ ਦਾ ਵੀ ਆਪਣਾ ਹੀ ਮਜ਼ਾ ਆ ਗਿਆ। ਦੋਸਤੋ ਇਹ ਸਾਡੀ ਪਿਕਨਿਕ ਵਾਲੀ ਪਲੇਸ, ਬਹੁਤ ਮਜ਼ੇਦਾਰ, ਬਹੁਤ ਖੂਬਸੂਰਤ। ਕਾਸ਼ ਮੇਰੀ ਫੈਮਿਲੀ, ਅੰਮੀ, ਬੀਵੀ, ਬੱਚੇ, ਸਿਸਟਰ, ਭਾਈ ਸਭ ਮੇਰੇ ਨਾਲ ਹੁੰਦੇ ਤੇ ਕਿੰਨਾ ਮਜ਼ਾ ਆਉਂਦਾ। ਕਦੇ ਵੀ ਕਿਤੇ ਪਿਕਨਿਕ ਤੇ ਜਾਓ, ਉੱਥੇ ਖਲਾਰਾ ਪਾ ਕੇ ਨਾ ਹੋ, ਆਪਣੀ ਪਾਈ ਹੋਈ ਸ਼ਿਰਟ ਤੁਸੀਂ ਆਪ ਹੀ ਸਾਫ਼ ਕਰਕੇ ਆਓ। ਅਸੀਂ ਸਫਾਈ ਕੀਤੀ ਤੇ ਦਾਲ ਨੂੰ ਰੱਖਿਆ ਬੈਗ ਦੇ ਵਿੱਚ ਤੇ ਟੁਰ ਪਏ। ਜਾਂਦੇ ਜਾਂਦੇ ਮੇਰੇ ਅੰਦਰ ਦੇ ਬੱਚੇ ਨੇ ਇੱਕ ਦੋ ਹੂਟੇ ਹੋਰ ਮਾਰ ਲਏ। ਉਮੀਦ ਕਰਦਾ ਤੁਹਾਨੂੰ ਇਹ ਦਾਲ ਰੋਟੀ ਦਾ ਵਲੌਗ ਪਸੰਦ ਆਇਆ ਹੋਏਗਾ। ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦੀਜੀਏਗਾ। ਬਾਏ ਬਾਏ।